ਜਿੰਨੀ ਸਾਸ ਗਰਾਸਾਂ ਦੀ ਲਿਖੀ ਪੂੰਜੀ ਕਿਸੇ ਕੋਲੋਂ ਉਹ ਕੋਈ ਨਾ ਖੋ ਸਕਦਾ। ਆਖਰਕਾਰ ਹੈ ਜਮਾਂ ਨੇ ਲੈ ਜਾਣਾ, ਨਾ ਕੋਈ ਆਪਣਾ ਆਪ ਲਕੋ ਸਕਦਾ। ਜਿਹਦਾ ਆਪ ਮਲਾਹ ਹੈ ਖੁਦ ਮਾਲਕ, ਬੇੜੀ ਉਸ ਦੀ ਕੌਣ ਡਬੋ ਸਕਦਾ। ਜਿੰਨਾ ਚਿਰ ਹੈ ਗੁਰੂ ਦਾ ਹੱਥ ਸਿਰ ਤੇ ਵਾਲ ਵਿੰਗਾ ਨਹੀਂ ਬੀਲਿਆ, ਹੋ ਸਕਦਾ ਇਨਸਾਨ ਇਸ ਦੁਨੀਆ ਤੇ ਆ ਕੇ ਬਾਬੇ ਨਾਨਕ ਦੇ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਸਿਧਾਂਤ ਤੇ ਪਹਿਰਾ ਦੇ ਕੇ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਸਫਲਾ ਕਰੇ, ਤਾਂ ਹੀ ਸਿਰ ਤੇ ਉਸ ਸਿਰਜਣਹਾਰ ਡਾਢੇ ਦਾ ਹੱਥ ਰਹੇਗਾ। ਜਿਸ ਪ੍ਰਾਣੀ ਉੱਤੇ ਅਕਾਲ ਪੁਰਖ ਵਾਹਿਗੁਰੂ ਦਾ ਹੱਥ ਹੈ, ਉਹ ਤੱਤੇ ਥੰਮਾਂ ਨੂੰ ਜਫਾ ਪਾ ਸਕਦਾ, ਚਰਖੜੀਆਂ ਤੇ ਚੜ ਸਕਦਾ, ਬੰਦ ਬੰਦ ਕਟਵਾ ਸਕਦਾ, ਨੀਹਾਂ ਵਿੱਚ ਖੜ ਸਕਦਾ। ਉਸ ਦਾ ਸਿਦਕ ਕੋਈ ਡੁਲਾ ਨਹੀਂ ਸਕਦਾ। ਵਾਹਿਗੁਰੂ ਦੀ ਇਸ ਅਨੋਖੀ ਬਖਸ਼ਿਸ਼ ਨੂੰ ਬਦੋਵਾਲ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਹੈ ਇਉਂ ਪੇਸ਼ ਕਰਦਾ ਹੈ। ਚੜ ਸਕਦਾ
ਕਬੀਰ ਜਿਹਾ ਨਾਲ ਬੀਤੀ ਜ਼ਾਲਮ ਨਾ ਮਾਰ ਸਕੇ ਭਗਤ ਕਬੀਰ ਜਿਹਾ ਨਾਲ ਬੀਤੀ ਹੈ ਨਾਮੇ ਭਗਤ ਸਣੇ ਰਾਖੀ ਸੂਰਦਾਸ ਦੀ ਕੀਤੀ ਹੈ ਨਾਮੇ ਭਗਤ ਸਣੇ ਰਾਖੀ ਸੂਰਦਾਸ ਦੀ ਕੀਤੀ ਲੱਜ ਰੱਖ